ਏ ਆਕਾਸ਼ਵਣੀ ਜੰਮੂ ਹੈ ਉਨਤਸ ਪੰਕਜ ਕੋਹਲੀ ਥਮਾ ਖਬਰਾਂ ਸੁਨੋ ਪਰ ਖਬਰੇ ਕੋਲਾ ਪਹਿਲੇ ਇੱਕ ਅਪੀਲ ਅਸ ਆਪਣੇ ਸ਼ੋਤਾਏਂ ਕੀ ਅਪੀਲ ਕਰਨੀਆਂ ਜੇ ਕੋਵਿਡ 19 ਥਮਾ ਬਚਾ ਲਈ ਚਾਰ ਸਖਲੇ ਉਪਾਇਂ ਦੀ ਪਾਲਮਾ ਬਰੋਬਰ ਚਾਰੀ ਰੱਖੋ ਪੂਰੀ ਚਾਲੀ ਟੀਕਾ ਕਨ ਕਰਵਾਈ ਲਓ ਮੂੰਹੇ ਪਰ ਮਾਸਕ ਪਾਓ ਸਮਾਜੀ ਛਿੰਡੇ ਕੀਤੇ ਇੱਕ ਦੂਏ ਥਮਾ ਦਊਗਾ ਜਦੀ ਦੂਰੀ ਰੱਖੋ ਤੇ ਅਥੇਂ ਤੇ ਮੂੰਹ ਕੀ ਸਾਫ ਸੁਥਰਾ ਰੱਖਣੇ ਪਰ ਮੁਖ ਧਿਆਨ ਦਿਓ ਦੀ ਹੁਣ ਖਬਰਾਂ ਪ੍ਰਧਾਨ ਮੰਤਰੀ ਜੰਟਰ ਮੋਦੀ ਉਹ ਰੇ ਮੁਲਖ ਦੇ ਨੌਜਵਾਨੇ ਕੀ ਆਖਿਆ ਹੈ ਜੇ ਉਹ ਕਾਮਯਾਬੀ ਲਈ ਕੋਈ ਸ਼ਾਰਟਕਟ ਦੀ ਤਲਾਸ਼ ਨਹੀਂ ਕਰਨ ਕੀ ਜੇ ਸਫਲਤਾ ਦਾ ਇੱਕੇ ਮੰਤਰ ਲੰਮੀ ਯੋਜਨਾ ਤੇ ਲਗਾਤਾਰ ਪ੍ਰਤੀਬੱਧਤਾ ਹੈ ਸ਼੍ਰੀ ਮੋਦੀ ਉਹ ਰੇng ਲਾਇਆ ਜੇ ਕੋਈ ਜਿੱਤ ਜਾਂ ਫੀ ਹਾਰ ਉਹਦਾ ਖੀਰੀ ਪੜਾ ਨਹੀਂ ਹੋਈ ਸਕਦੀ ਖੇਲ ਮਹਾਕੋਮ ਚ ਬੋਲਦੇ ਹੋਈ ਪ੍ਰਧਾਨ ਮੰਤਰੀ ਉਨੇ ਆਖਿਆ ਜੇ ਸਟਾਰਟਅਪ ਇੰਡੀਆ ਸ਼ਾ ਲਈਏ ਸਟੈਂਡਅਪ ਇੰਡੀਆ ਮੇਡ ਇਨ ਇੰਡੀਆ ਥਾ ਮੰ ਲਈਏ ਆਤਮ ਨਿਰਭਰ ਭਾਰਤ ਤੇ ਵੋਕਲ ਫਾਰ ਲੋਕਲ ਤੋੜੀ ਭਾਰਤ ਦੇ ਨੌਜਵਾਨੇ ਨਵੇਂ ਭਾਰਤ ਆ ਰਿਹਾ ਅਭਿਜਨ ਦੀ ਜ਼ਿੰਮੇਦਾਰੀ ਲਾਤੀ ਹੈ ਸ਼੍ਰੀ ਮੋਦੀ ਉਰ ਆਖਿਆ ਜੇ ਉਹਨੇ ਕੀ ਮੁਲਕੇ ਦੇ ਯੁਵਾਮ ਪਰ ਮਾਨ ਹੈ ਜਿਨੇ ਅਰਖੇ ਤੇ ਚ ਭਾਰਤ ਦੀ ਸਮਰਥਾ ਕੀ ਸਾਬਤ ਕੀਤੀ ਹੈ ਉਹਨੇ ਗਲਾਇਆ ਜੇ ਇਹ ਇੱਕ ਸ਼ੁਰੂਆਤ ਹੈ ਤੇ ਮੁਲਕ ਪਵਿਕ ਚੇ ਉਰ ਦੂਏ ਤਰਕੀ ਆਫਤਾ ਮੁਲਕੇ ਕਨੇ ਬਰੋਬਰੀ ਪਰ ਖੜਾ ਹੋਊਗਾ ਮੁੱਖ ਸਚਿਵ ਡਾਕਟਰ ਆਰਣਕ ਕੁਮਾਰ ਮੈਟਾ ਨੇ ਕੱਲ ਜ਼ਿਲ੍ਹਾ ਪ੍ਰਸ਼ਾਸਨ ਸੰਬੰਧ ਦੇ ਕੰਮਕਾਜ ਦੀ ਸਮੀਖਿਆ ਲਈ ਇੱਕ ਬੈਠਕ ਦੀ ਪ੍ਰਧਾਨਤਾ ਕੀਤੀ। ਸ਼੍ਰੀ ਮੈਟਾ ਨੇ ਬੈਠਕ ਦੌਰਾਨ ਕਮੇਂ ਚ ਤੇਜ਼ੀਆਂ ਨੇ ਬੇਰੋਜ਼ਗਾਰ ਨੌਜਵਾਨੇ ਦੇ ਕੌਸ਼ਲ ਚ ਬਹਾਦਾ ਕਰਨੇ ਤੇ ਜ਼ਿਲ੍ਹੇ ਚ ਸਹਿਲ ਸਫੇ ਦੇ ਵਿਕਾਸ ਪਰ ਜ਼ੋਰ ਭਰਿਆ। ਹੁਨੇ ਗਲਾਇਆ ਜੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਬਾਰੇ ਦੌਰਾਨ 1500 ਬਖ ਬਖ ਪਰਯੋਜਨਾਏਂ ਕੀ ਤੋ ਉਚਾਰਨੇ ਦੀ ਮੀਲ ਕਰਾ ਕਰਦਾ ਜਿਹੜਾ ਕਿ ਪਿਛਲੇ 5 ਬਾਰੇ ਦੌਰਾਨ ਜ਼ਿਲ੍ਹੇ ਪਾਸਿਆ ਕੀਤੇ ਗੇ ਦਾ ਸਭ ਨੇ ਸ਼ਾ ਬਿਹਤਰ ਪ੍ਰਦਰਸ਼ਨ ਦਾ ਤਕਰੀਬਨ 3 ਗੁਣਾ ਵਾਧਾ। ਡੀਸੀ ਅਨੁਰਾਧਾ ਗੁਪਤਾ ਹੋਰ ਇਸ ਮੌਕੇ ਬੋਲਦੇ ਹੋਏ ਆਖਿਆ ਜੇ ਏਮਸ ਤੇ ਰਿੰਗ ਰੋਡਸ ਨੇ ਜ਼ਿਲ੍ਹੇ ਚ ਕਈ ਵੱਡੀਆਂ ਪ੍ਰਯੋਜਨਾਵਾਂ ਦਾ ਕੰਮ ਪੂਰੀ ਰਫ਼ਤਾਰ ਕਰਨੇ ਚਲਾ ਰਹਾ ਹੈ ਤੇ ਉਮੀਦ ਹੈ ਜੇ ਸਭੇ ਕਮੇਗੀ ਤੈ ਸਮੇਂ ਦੇ ਅੰਦਰ ਅੰਦਰ ਗੈ ਸਬੂਰਾ ਕਰ ਲੈਤਾ ਜਾ ਮੁੱਖ ਸਚਿਵ ਹੋਰ ਜ਼ਿਲ੍ਹੇ ਚ ਮਹਿਲਾਵਾਂ ਦੇ ਸਵੈ ਸਹਾਇਤਾ ਗਰੁੱਪਾਂ ਚ ਉਹਦੀ ਮੈਂਬਰਸ਼ਿਪ 50000 ਸ਼ਾ ਵਧਾਣੇ ਤੇ ਆਪਣੀਆਂ ਚੀਜ਼ਾਂ ਬਸਤੇਗੀ ਦੱਸਨੇ ਆਸਤੇ ਵਪਾਰ ਦੇ ਮੌਕੇ ਉਪਲਬਧ ਕਰਵਾਣੇ ਪਰ ਵੀ ਜ਼ੋਰ ਪਾਇਆ ਸੰਸਦ ਦੇ ਬਜਟ اجلاسੇ ਦਾ ਦੂਆ ਚਰਨ ਕੱਲ ਸੰਗਾਰੇਤਾ ਮਾਂ ਰਾਂਬੋਈਏ 8 ਅਪ੍ਰੈਲ ਤੋਂ ਚਲੋਗ ਇਸ ਦੌਰਾਨ ਸਦਨ ਦੀਆਂ 19 ਮੀਟਿੰਗਾਂ ਲੱਗਣ ਲੋਕ ਸਭਾ ਤੇ ਰਾਜ ਸਭਾ ਦੀ ਬੈਠਕ ਬਦਲੇ 11 ਵਜੇ ਸ਼ੁਰੂ ਹੋਈਏ ਸੰਜਨ 6 ਵਜੇ ਤੋਂ ਚਲੋਗ ਇਸ ਵਾਰੀ ਰਾਜ ਸਭਾ ਕੀ ਆਪਣਾ ਕੰਮਕਾਜ ਨਿਬੇੜਨੇ ਕਿਤੇ 19 ਘੰਟੇ ਦਾ ਬਾਧੂ ਸਮਾਥੋਗ ਰਾਜ ਸਭਾ ਦੇ ਸਭਾਪਤੀ ਐਮ ਵੈਂਕਈਆ ਨਾਇਡੂ ਕੱਲ ਸਦਨ ਚ ਰਾਜ ਸਭਾ ਦੀਆਂ 8 ਸਥਾਈ ਕਮੇਟੀਆਂ ਦੇ ਕੰਮਕਾਜ ਦਾ ਵਿਉੜਾ ਦੇਗਣਗੇ ਸਤਾਰਿਚ ਵਿੱਤ ਵਿਧੇਕ 2022 ਪ੍ਰਤੀ ਸਪਰਦਾ ਤਰਮੀਮੀ ਵਿਧੇਕ ਪੈਨਸ਼ਨ ਕੂਸ਼ ਨਿਯਮਕ ਤੇ ਵਿਕਾਸ ਪ੍ਰਾਧਾਨ ਤਰਮੀਮ ਸਨੇ ਬਕਬਕ ਵਿਧੇਕ ਪੇਸ਼ ਕੀਤੇ ਜਾਣ ਦੀ ਮੀੜੇ ਕਿੰਦਰ ਨੇ ਰਾਸ਼ਟਰੀ ਪ੍ਰੀਖਿਆ ਬੋਰਡ ਦੀ NEET ਪੋਸਟ ਗ੍ਰੈਜੂਏਟ 2021 ਦੀਆਂ ਸਭ ਨੇ ਸ਼੍ਰੇਣੀਆਂ ਦੇ ਕਟਾਫ ਨੰਬਰਾਂ 'ਚ 15 ਪਰਸੈਂਟਾਈਲ ਦੀ ਕਟੌਤੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਤਾਂ ਜੇ ਮੁਲਖੇ 'ਚ ਖਾਲੀ ਪੇਦੀਆਂ PG ਮੈਡੀਕਲ ਵਾਲੀਆਂ ਸੀਟਾਂ ਦੀ ਭਰਿਆ ਜਾ ਸਕਿਆ ਮੈਡੀਕਲ ਪਰਮਾਰਸ਼ ਕਮੇਟੀ ਨੇ ਬੋਰਡ ਦੀ ਤਰਮੀਮ ਕੀਤੇ ਗਏ ਦੇ ਨਤੀਜੇ ਕੋਸ਼ਿਤ ਕਰਨ ਤੇ ਨਵੇਂ ਯੋਗ ਮੇਦਵਾਰਾਂ ਦਾ ਡਾਟਾ ਕਮੇਟੀ ਦੀ ਪੇਛਣ ਲਈ ਆਖਿਆ ਕੇਂਦਰੀ ਮੰਤਰੀ ਨਿਤਿਨ ਗਡਕਰੀ ਉਰਿਆਂਖੇ ਜੇ ਆਟੋਮੋਬਾਈਲ ਕੰਪਨੀਆਂ ਅਗਲੇ 6 ਮਹੀਨੇ ਦੇ ਅੰਦਰ-ਅੰਦਰ ਫਲੈਕਸ ਇੰਦਨ ਵਾਲੀਆਂ ਗੱਡੀਆਂ ਬਣਾਉਣਾ ਆਰੰਭ ਕਰ ਦੇਗਣ ਇੱਕ વૈશ્વਿਕ ਸੰਮੇਲਨ ਗੀ ਸੰਬੋਧਿਤ ਕਰਦੇ ਹੋ ਉਨੇ ਆਖਿਆ ਜੇਪਾਰਚ ਮਤੀਹਾਰੀਆਂ ਗੱਡੀਆਂ ਤੋਲਣਗੇ 100% ਇਥਨਾਲ ਪਰ ਗੈ ਚਲਣ ਫਲੈਕਸ ਇੰਦਨ ਇੱਕ ਵੈਕਲਪਿਕ ਇੰਦਨ ਹੈ ਜਿਹੜਾ ਕਿ ਗੈਸ ਲਾਈਨ ਤੇ ਇਥਨਾਲ ਦਾ ਜੋੜ ਹੈ ਸਰਕਾਰ ਮੌਜੂਦਾ ਇੰਦਨ ਥਮਾ ਅਟਨੇ ਦੀ ਕੋਸ਼ਚ ਬਖ ਬਖ ਵੈਕਲਪਿਕ ਇੰਦਨ ਦੇ ਇਸਤੇਮਾਲ ਕਰਾ ਕਰਦੀ ਹੈ ਮੁਲਕ ਪਰੇ ਚ ਕੋਵਿਡ ਟਿਕਾ ਕਰਨ 180 ਕਰੋੜ ਦੇ ਅੰਕੜੇ ਗੀ ਪਾਰ ਕਰੀ ਗਿਆ ਹੈ ਅਜੇ ਥੋੜੀ 180 ਕਰੋੜ 13 ਲੱਖ ਬਾਅਦ ਕੋਵਿਡ ਤੋਂ ਮਰ ਬਚਾ ਲੈ ਟਿਕੇ ਲਾਈ ਜਾ ਚੁਕੇ ਨੇ ਸਿਹਤ ਮੰਤਰਾਲੇ ਨੇ ਦੱਸਿਆ ਜੇ ਕੱਲ ਵੀ ਲੱਖ ਕਤੇਜਾ ਸ਼ਬਦ ਲੋਕਾਂ ਗੀ ਟਿਕਾ ਲਾਇਆ ਗਿਆ ਇਸ ਲਈ ਮਰੋਈ ਹੋਣ ਦੀ ਰਾਸਟੇਦਾਰ 98.71 ਪ੍ਰਤੀਸ਼ਤ ਹੋਈ ਗਈ ਹੈ ਸਰਕਾਰੇ ਜਾਣਕਾਰੀ ਦਿੱਤੀ ਹੈ ਜੇ ਕੱਲ ਜੰਮੂ ਕਸ਼ਮੀਰ ਚ ਕਰੋਨਾ ਵਾਇਰਸ ਦੇ 19 ਨਵੇਂ ਮਾਮਲੇ ਸਾਹਮਣੇ ਆਏ ਜਿੰਦੇ ਚ 10 ਜੰਮੂ ਸੰਭਾਗ ਤੇ 9 ਕਸ਼ਮੀਰ ਥਾ ਮ ਦਰਜ ਕੀਤੇ ਗੇ ਇਨੇ ਘਰੇ ਲਾਇਏ ਜੋ ਕਸ਼ਮੀਰ ਚ ਕੁੱਲ ਪਾਸਟੇ ਮਾਮਲੇ ਦੀ ਗਿਣਤਰੀ ਬੱਧੀ ਹੈ 45342 ਹੋ ਗਈ ਹੈ ਕੱਲ ਬਖਬਖਾ ਹਸਪਤਾਲ ਨੇ ਤਮਾ ਕਰੋਨਾ ਕਰਨੇ ਕਸਰੀ 40 ਲੋਕेंगी ਨਰੋਏ ਉਹਨੇ ਪ੍ਰੰਤ ਤੱਕ ਛੁੱਟੀ ਵੀ ਦਿੱਤੀ ਗਈ ਪੁੰਛ ਦੇ ਡੀਸੀ ਇੰਦਰਜੀਤ ਹੋਰੇ ਮੌਜੂਦਾ ਬਰੇ ਦੇ ਜ਼ਿਲ੍ਹਾ ਕਪੈਕਸ ਯੋਜਨਾ ਤਹਿਤ ਅਸਲ ਉਪਲਬਧੀਆਂ ਦੀ ਜ਼ਮੀਨਾਂ ਸਪੀਖਸ਼ਾ ਕਰਨ ਤੇ ਮਾਲੀਬਰਾ 2023 ਕੀਤੇ ਜ਼ਿਲ੍ਹਾ ਵਿਕਾਸ ਯੋਜਨਾ ਤਿਆਰ ਕਰਨੇ ਪਰ ਗੱਲ ਕਾਟ ਕਰਨ ਲਈ ਕੱਲ ਇੱਕ ਬੈਠਕ ਦੀ ਪ੍ਰਧਾਨਤਾ ਕੀਤੀ ਬੈਠਕ ਚ ਪਰਿਯੋਜਨਾਵਾਂ ਦੀ ਖੇਤਰਵਾਰ ਸਮੀਖਿਆ ਕੀਤੀ ਗਈ ਜਿਸ ਦੌਰਾਨ ਡੀਸੀ ਹੋਰੇ ਕੰਮੇ ਕਾਰਵਾਈਆਂ ਚ ਹੋਰ ਵੀ ਤੇਜ਼ੀ ਆਣ ਦੇ ਨਿਰਦੇਸ਼ ਜਾਰੀ ਕੀਤੇ ਉਨੇ ਸਭ ਨੇ ਜ਼ਿਲ੍ਹਾ ਦੇ ਖੇਤਰੀਏ ਅਫਸਰਾਂ ਦੀ ਨਿਰਦੇਸ਼ ਦਿੰਦੇ ਹੋਏ ਆਖਿਆ ਜੇ ਉਹ ਸਰਕਾਰੀ ਮੁਲਾਜ਼ਮਾਂ ਦੇ ਖੰਮੇ ਦੀ ਜਾਣਕਾਰੀ ਦੇਣ ਵਾਲੇ ਪੋਰਟਲ EPMJK ਪਰ ਆਪਣੇ ਆਪ ਹੀ ਪੰਜੀਕ੍ਰਿਤ ਕਰੀਏ ਲੋਕਸ ਦੀ ਕਾਰਵਾਈ ਕਰਨ ਇਹਦੇ ਇਲਾਵਾ ਉਹਨੇ ਵੀ ਗਲਾਇਆ ਜੇ ਅਫਸਰ ਆਪਣੇ ਆਪਣੇ ਇਲਾਕੇ ਵਿੱਚ ਸਮੇਂ ਸਿਰ ਸੋਲਰ ਲਾਈਟਾਂ ਤੇ ਐਂਡ ਪੰਪਿੰਗ ਲਵਾਈ ਲੈਣ ਜੰਮੂ ਕਸ਼ਮੀਰ ਕਾਨੂੰਨੀ ਸੇਵਾ ਪ੍ਰਾਧਿਕਰਨ ਆਸਿਆ ਕੱਲ ਪੂਰੇ ਸੰਗ ਸ਼ਾਸਤ ਜੰਮੂ ਕਸ਼ਮੀਰ ਤੇ ਲਦਾਖ ਚ ਰਾਸ਼ਟਰੀ ਲੋਕ ਅਦਾਲਤ ਆ ਸ੍ਰਿਸ਼ਤਾ ਕੀਤਾ ਗਿਆ ਇਸ ਦੌਰਾਨ ਵਿਆਹ ਸ਼ਾਦੀਆਂ ਸੰਬੰਧੀ ਚੈੱਕ ਬਾਉਂਸ ਵਾਲੇ ਮਾਮਲੇ ਪੈਸੇ ਦੀ ਬਰਾਮਦਗੀ ਵਾਲੇ ਮਾਮਲੇ ਪਰ ਸੁਣਵਾਈ ਹੋਈ ਪੂਰੇ ਜੰਮੂ ਕਸ਼ਮੀਰ ਚ ਬਾਕ ਬਾਕ ਅਦਾਲਤਾਂ ਚ ਇੱਕ ਦਿਨ ਦੀ ਰਾਸ਼ਟਰੀ ਲੋਕ ਅਦਾਲਤ ਚ 155 ਖੰਡ ਪੀਠੀਆਂ ਆਸਿਆ 99447 ਮਾਮਲੇ ਅੱਥੇ ਚ ਲੈਤੇ ਗਏ ਜਿੰਦੇ ਚ 72343 ਨਿਬੇੜੀ ਦਿੱਤੇ ਗਏ ਇਸ ਦੇ ਕੰਨੇ ਗਏ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੋਆ